ਮੈਂ ਇਸ ਗੱਲ ਨੂੰ ਪਾਰਲੀਮੈਂਟ 'ਚ ਬਾਰ ਬਾਰ ਔਰ ਮੋਦੀ ਸਾਹਿਬ ਬਾਲ ਦਿਵਸ ਮਨਾ ਰਿਹਾ, ਮੈਂ ਉੱਥੇ ਵੀ ਕਿਹਾ ਉਹ ਫਤਿਹਗੜ੍ਹ ਸਾਹਿਬ ਲਈ ਸਰਹੰਦ ਲਈ ਕੁਛ ਕਰਕੇ ਤਾਂ ਦਿਖਾਓ, ਇੱਥੋਂ ਦਾ ਵਿਕਾਸ ਕਰੋ, ਸਰਹੰਦ ਨੂੰ ਫਤਿਹਗੜ੍ਹ ਸਾਹਿਬ ਨੂੰ ਕੋਈ ਨਵੀਂ ਚੀਜ਼ ਦਿਓ। ਉਹ ਤਾਂ ਕੁਛ ਕੀਤਾ ਨਹੀਂ ਹੈਗਾ, ਅਸੀਂ ਆਹ ਕਰਾਂਗੇ ਉਹ ਕਰਾਂਗੇ। ਮੈਂ ਬਹੁਤ ਵਾਰ ਪਾਰਲੀਮੈਂਟ 'ਚ ਬੋਲਿਆ, ਅੱਜ ਵੀ ਬੋਲੂੰਗਾ ਕਿ ਤੁਸੀਂ ਸਾਡੇ ਲਈ ਕੁਛ ਕੀਤਾ ਨਹੀਂ ਹੈਗਾ, ਸਿਰਫ ਗੱਲਾਂ 'ਚ ਸਾਨੂੰ ਰੱਖਣਾ ਚਾਹੁੰਦੇ। ਸਰਕਾਰ ਨੂੰ ਕੋਸਦੇ ਹੋ ਕਿ ਦੁਨੀਆ ਦੀ ਸਭ ਤੋਂ ਮਹਿੰਗੀ ਧਰਤੀ, ਸਭ ਤੋਂ ਵੱਡੀ ਸ਼ਹੀਦੀ, ਉਸਦੇ ਲਈ ਕੋਈ ਵਿਸ਼ੇਸ਼ ਨਹੀਂ ਕੀਤਾ ਜਾ ਰਿਹਾ। ਉਹੀ ਤਾਂ ਮੈਂ ਗੱਲ ਬਾਰ ਬਾਰ ਕਹਿੰਦਾ, ਮੈਂ ਜੂਨ 2019 ਤੋਂ ਮਈ 'ਚ ਬਣ ਕੇ ਗਿਆ ਸੀ, ਪਹਿਲਾ ਭਾਸ਼ਣ ਮੈਂ ਇਹੀ ਕੀਤਾ ਸੀ। ਤਾਂ ਨਗਰ ਕੀਰਤਨ ਕੱਢਿਆ ਜਾ ਰਿਹਾ ਸ਼ਹੀਦਾਂ ਦੀ ਧਰਤੀ ਸ਼੍ਰੀ ਫਤਿਹਗੜ੍ਹ ਸਾਹਿਬ। ਇਸ ਵਕਤ ਸਾਡੇ ਨਾਲ ਹਲਕਾ ਫਤਿਹਗੜ੍ਹ ਸਾਹਿਬ ਤੋਂ MP ਡਾਕਟਰ ਅਮਰ ਸਿੰਘ ਮੌਜੂਦ ਨੇ, ਗੱਲਬਾਤ ਕਰ ਲਿਆ। ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ। ਦੇਖੋ, ਅੱਜ ਦੁਨੀਆ ਦੇ ਇਤਿਹਾਸ ਵਿੱਚ ਜਿਹੜੀ ਸ਼ਹਾਦਤ ਸਰਹੰਦ ਔਰ ਸ਼੍ਰੀ ਫਤਿਹਗੜ੍ਹ ਸਾਹਿਬ ਹੋਈ ਹੈ, ਛੋਟੇ ਸਾਹਿਬਜ਼ਾਦਿਆਂ ਦੀ ਔਰ ਮਾਤਾ ਗੁਜਰ ਕੌਰ ਦੀ, ਇਸ ਤਰ੍ਹਾਂ ਦੀ ਕੋਈ ਉਦਾਹਰਣ ਨਹੀਂ ਹੈ। ਅਤੇ ਅੱਜ ਤਾਂ ਅਸੀਂ ਸਾਰੇ ਉਹ ਸਜਦਾ ਹੋਣ ਆਏ ਹਾਂ, ਨਮਨ ਕਰਨ ਆਏ ਹਾਂ, ਨਮਸਕਾਰ ਕਰਨ ਆਏ ਹਾਂ ਉਸ ਸ਼ਹੀਦੀ ਨੂੰ। ਆ ਇੰਨੀ ਜਨਤਾ ਆਈ, ਅਸੀਂ ਵੀ, ਮੈਂ ਵੀ ਇੱਕ ਨਿਮਾਣਾ ਬਣ ਕੇ ਅੱਜ ਨਾਲ ਸਾਰੀ ਸੰਗਤ ਦੇ ਨਾਲ ਆਇਆ ਹੈਗਾ। ਇਹ ਬਸ ਅੱਜ ਤਾਂ ਇੰਨਾ ਹੀ ਕੰਮ ਆ ਕੇ, ਕਿਉਂਕਿ ਉਹਨਾਂ ਦੀ ਸ਼ਹਾਦਤ ਵਰਗੀ ਹੋਰ ਕੋਈ ਚੀਜ਼ ਨਹੀਂ ਆ। ਇੰਨੀ ਛੋਟੀ ਉਮਰ 'ਚ ਵੀ ਉਹਨਾਂ ਨੇ ਆਪਣੇ ਦੀਨ ਦੀ ਲੜਾਈ ਕੀਤੀ, ਆਪਣੇ ਧਰਮ ਦੀ ਲੜਾਈ ਕੀਤੀ, ਔਰ ਸਾਨੂੰ ਇੱਕ ਸੇਧ ਦੇ ਕੇ ਗਏ ਆ ਸਾਰਿਆਂ ਨੂੰ, ਸਿੱਖਾਂ ਨੂੰ, ਸਾਨੂੰ ਕੌਮ ਨੂੰ। ਅਤੇ ਮੈਂ ਸਮਝਦਾ ਇਦੋਂ ਵੱਡੀ ਗੱਲ ਜਿਹੜਾ ਇਤਿਹਾਸ ਹੈ ਸਿੱਖਾਂ ਦਾ, ਵੈਸੇ ਵੀ ਇਤਿਹਾਸ ਬਹੁਤ ਵਧੀਆ, ਪਰ ਇਹ ਇਤਿਹਾਸ ਵਿੱਚ ਸਭ ਤੋਂ ਵੱਡੀ ਗੱਲ ਹੈਗੀ ਆ, ਅੱਜ ਉਸੇ ਕਰਕੇ ਆਏ। ਔਰ ਮੈਂ ਇਸ ਗੱਲ ਨੂੰ ਪਾਰਲੀਮੈਂਟ 'ਚ ਬਾਰ ਬਾਰ ਔਰ ਮੋਦੀ ਸਾਹਿਬ ਬਾਲ ਦਿਵਸ ਮਨਾ ਰਿਹਾ, ਮੈਂ ਉੱਥੇ ਵੀ ਕਿਹਾ ਉਹ ਫਤਿਹਗੜ੍ਹ ਸਾਹਿਬ ਲਈ ਸਰਹੰਦ ਲਈ ਕੁਛ ਕਰਕੇ ਤਾਂ ਦਿਖਾਓ, ਇਹਨੂੰ ਸਾਰੀ ਸਿੱਖ ਸੰਗਤ ਦੁਨੀਆ ਦੀ ਆਉਣੀ ਚਾਹੁੰਦੀ ਆ। ਇੱਥੋਂ ਉਹਨੂੰ ਇੰਟਰਨੈਸ਼ਨਲ ਟੂਰਿਸਟ ਸਰਕਟ 'ਚ ਕਰੋ, ਇੱਥੋਂ ਦਾ ਵਿਕਾਸ ਕਰੋ, ਸਰਹੰਦ ਨੂੰ, ਫਤਿਹਗੜ੍ਹ ਸਾਹਿਬ ਨੂੰ ਕੋਈ ਨਵੀਂ ਚੀਜ਼ ਦਿਓ। ਉਹ ਤਾਂ ਕੁਛ ਕੀਤਾ ਨਹੀਂ ਹੈਗਾ, ਅਸੀਂ ਆਹ ਕਰਾਂਗੇ ਉਹ ਕਰਾਂਗੇ। ਮੈਂ ਬਹੁਤ ਵਾਰ ਪਾਰਲੀਮੈਂਟ 'ਚ ਬੋਲਿਆ, ਅੱਜ ਵੀ ਬੋਲੂੰਗਾ ਕਿ ਤੁਸੀਂ ਸਾਡੇ ਲਈ ਕੁਛ ਕੀਤਾ ਨਹੀਂ ਹੈਗਾ, ਸਿਰਫ ਗੱਲਾਂ 'ਚ ਸਾਨੂੰ ਰੱਖਣਾ ਚਾਹੁੰਦੇ। ਸਰਕਾਰ ਨੂੰ ਕੋਸਦੇ ਹੋ ਕਿ ਦੁਨੀਆ ਦੀ ਸਭ ਤੋਂ ਮਹਿੰਗੀ ਧਰਤੀ, ਸਭ ਤੋਂ ਵੱਡੀ ਸ਼ਹੀਦੀ, ਉਸਦੇ ਲਈ ਕੋਈ ਵਿਸ਼ੇਸ਼ ਨਹੀਂ ਕੀਤਾ ਜਾ ਰਿਹਾ। ਉਹੀ ਤਾਂ ਮੈਂ ਗੱਲ ਬਾਰ ਬਾਰ ਕਹਿੰਦਾ, ਮੈਂ ਜੂਨ 2019 ਤੋਂ ਮਈ 'ਚ ਬਣ ਕੇ ਗਿਆ ਸੀ, ਪਹਿਲਾ ਭਾਸ਼ਣ ਮੈਂ ਇਹੀ ਕੀਤਾ ਸੀ ਕਿ ਏਡੀ ਵੱਡੀ ਕੁਰਬਾਨੀ ਕੋਈ ਨਹੀਂ ਆ, ਇਹਦੇ ਲਈ ਕੁਛ ਕਰੋ। ਸਾਰੀ ਸਿੱਖ ਸੰਗਤ ਦੁਨੀਆ ਦੀ ਇੱਥੇ ਆਉਣਾ ਚਾਹੁੰਦੀ ਆ, ਉਹਨਾਂ ਲਈ ਕੋਈ ਇਹੋ ਜਿਹਾ ਕੰਮ ਕਰ ਦਿਓ, ਸਾਰੀ ਇੰਟਰਨੈਸ਼ਨਲ ਟੂਰਿਸਟ ਸਰਕਟ 'ਚ ਪਾ ਦਿਓ, ਔਰ ਸਾਧਨ ਇਸ ਤਰ੍ਹਾਂ ਦੇ ਦੇ ਦਿਓ, ਇਸ ਤਰ੍ਹਾਂ ਦਾ ਵਿਕਾਸ ਕਰ ਦਿਓ ਕਿ ਲੋਕਾਂ ਨੂੰ ਆਉਣਾ ਜਾਣਾ ਰੁਕਣਾ ਸਾਰਾ ਸੌਖਾ ਹੋ ਜਾਵੇ। ਪਰ ਉਹ ਗੱਲਾਂ ਹੀ ਕਰਦੇ, ਉਹਨਾਂ ਨੇ ਅਜੇ ਤੱਕ ਕੋਈ ਕੰਮ ਇੱਥੇ ਲਈ ਨਹੀਂ ਕੀਤਾ ਹੈਗਾ। ਜੇ ਗੱਲ ਕਰੀਏ ਲੱਖਾਂ ਦੀ ਗਿਣਤੀ ਦੇ ਵਿੱਚ ਨੌਜਵਾਨ ਜਾਂ ਸੰਗਤਾਂ ਇੱਥੇ ਨਤਮਸਤਕ ਹੋ ਰਹੀਆਂ ਨੇ, ਤਾਂ ਜੋ ਹੋਰ ਸੰਗਤਾਂ ਘਰਾਂ 'ਚ ਬੈਠੀਆਂ ਨੇ, ਇੱਥੇ ਨਤਮਸਤਕ ਹੋਣ ਦੇ ਲਈ ਸਿਰ ਸਜਦਾ ਕਰਨ ਦੇ ਲਈ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੋਗੇ, ਕੀ ਸੰਦੇਸ਼ ਦੇਣਾ ਚਾਹੋਗੇ? ਦੇਖੋ, ਇਹ ਤਾਂ ਮੇਰਾ ਖਿਆਲ ਸਾਡੇ ਦਸਮ ਪਾਤਸ਼ਾਹ ਨੇ ਜਿਹੜੀ ਸਾਨੂੰ ਸਿੱਖਿਆ ਦਿੱਤੀ ਆ, ਉਹ ਮੇਰਾ ਖਿਆਲ ਉਦੋਂ ਵੱਡੀ ਕੋਈ ਚੀਜ਼ ਹੋ ਹੀ ਨਹੀਂ ਸਕਦੀ ਹੈਗੀ ਕਿ ਜੇ ਆਪਣਾ ਦੀਨ ਇਮਾਨ ਆਪਣਾ ਕਦੇ ਨਹੀਂ ਛੱਡਣਾ ਹੈਗਾ। ਮੁਗਲਾਂ ਨਾਲ ਲੜਾਈ ਸੀ, ਉਹਨਾਂ ਨੇ ਬਥੇਰਾ ਕੁਛ ਕੀਤਾ, ਛੋਟੇ ਸਾਹਿਬਜ਼ਾਦੇ ਨੂੰ ਕਿੰਨੇ ਤਸੀਹੇ ਦਿੱਤੇ, ਉਹ ਕਿਤੇ ਪਿੱਛੇ ਥੋੜ੍ਹੀ ਹਟੇ, ਫਿਰ ਆਖਿਰਕਾਰ ਉਹਨਾਂ ਨੂੰ ਜਿਉਂਦਿਆਂ ਨੂੰ ਨੀਵਾਂ ਚੁਣਤਾ।
ਮਾਤਾ ਗੁਜਰ ਕੌਰ ਜੀ ਨੂੰ ਠੰਡੇ ਬੁਰ ਚ ਰੱਖਿਆ, ਉੱਥੇ ਸ਼ਹੀਦ ਹੋ ਗਏ। ਤੇ ਸਾਡਾ ਤੇ ਇਸ ਤਰ੍ਹਾਂ ਦਾ ਇਤਿਹਾਸ ਹੈ, ਸਾਰਾ ਇਤਿਹਾਸ ਸਾਨੂੰ ਸਾਰਿਆਂ ਨੂੰ ਆ ਦੇਖੋ, ਉਸੇ ਇਤਿਹਾਸ ਕਰਕੇ 318 ਸਾਲ 1705 ਦੀ ਘਟਨਾ ਅੱਜ ਵੀ ਦੇਖੋ ਕਿੰਨੇ ਲੱਖਾਂ ਲੋਕ ਤੁਰੇ ਫਿਰਦੇ ਆ, ਉਹਨੂੰ ਹੀ ਸਿਜਦਾ ਕਰਨ ਆਏ ਆ, ਉਹਨੂੰ ਨਮਨ ਕਰਨ ਸਾਰੇ ਲੋਕ ਆਏ ਆ। ਜਿਵੇਂ ਗੱਲ ਕਰ ਲਈ, ਅਕਸਰ ਧਰਮਾਂ ਦੇ ਨਾਂ ਤੇ ਭਾਈਚਾਰਕ ਫੁੱਟ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ, ਪਰ ਜਦੋਂ ਉੱਥੇ ਹੀ ਸੂਬਾ ਸਰਹੰਦ ਦੇ ਵੱਲੋਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਕੀਤੀ ਜਾ ਰਹੀ ਸੀ, ਪਰ ਮਲੇਰਕੋਟਲੇ ਨਵਾਬ ਸ਼ੇਰ ਮੁਹੰਮਦ ਖਾਂ ਦੇ ਵੱਲੋਂ ਹਾਂ ਦਾ ਨਾਰਾ ਮਾਰਿਆ ਜਾਂਦਾ, ਉਹਨਾਂ ਦੇ ਵਾਰਸਾਂ ਦੇ ਵੱਲੋਂ ਅੱਜ ਵੀ ਲੰਗਰ ਲਗਾਇਆ ਜਾਂਦਾ, ਸਿਰ ਸਜਦਾ ਕੀਤਾ ਜਾ ਰਿਹਾ, ਤਾਂ ਭਾਈਚਾਰਕ ਸਾਂਝ ਦੇ ਲਈ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ? ਨਹੀਂ, ਉਹ ਤਾਂ ਦੇਖੋ ਫਿਰ ਜੇ ਮਲੇਰਕੋਟਲਾ ਦੇ ਨਵਾਬ ਨੇ ਉਹ ਨਾਹਾਂ ਦਾ ਨਾਰਾ ਮਾਰਿਆ ਸੀ, ਉਹਦਾ ਦੇਖੋ ਕਿ ਜਦੋਂ 1947 'ਚ ਚਾਰੇ ਪਾਸੇ ਦੰਗੇ ਹੋ ਰਹੇ ਸੀ, ਉਸ ਵਕਤ ਮਲੇਰਕੋਟਲੇ ਨੂੰ ਕਿਸੇ ਨੇ ਹੱਥ ਨਹੀਂ ਲਾਇਆ, ਜਾਂ ਕਿਸੇ ਸਾਡੇ ਉਹ ਭਰਾ ਨੂੰ ਕਿਸੇ ਨੇ ਹੱਥ ਨਹੀਂ ਲਾਇਆ, ਅਤੇ ਸਿੱਖ ਕੌਮ ਨੇ ਹਮੇਸ਼ਾ ਉਸ ਚੀਜ਼ ਦੀ ਇੱਜ਼ਤ ਕੀਤੀ ਆ। ਅੱਜ ਤੱਕ ਕੌਮ ਉਸ ਗੱਲ ਦੀ ਮਾਣ ਮੰਨਦੀ ਹੈ ਕਿ ਉਹਨਾਂ ਨੇ ਹਾਂ ਦਾ ਨਾਰਾ ਮਾਰਿਆ ਸੀ। ਪਰ ਫਿਰ ਕਿਹੜਾ ਵਜ਼ੀਰ ਖਾਨ ਨੇ ਕਹਿਣਾ ਮੰਨ ਲਿਆ ਸੀ ਉਹਨਾਂ ਦਾ? ਉਹਨੂੰ ਸਗੋਂ ਡਾਂਟਿਆ ਸੀ ਕਿ ਤੈਨੂੰ ਅਸੀਂ ਲਾ ਦੇਵਾਂਗੇ, ਅਤੇ ਉਹ ਨਹੀਂ ਔਰੰਗਜ਼ੇਬ ਔਰ ਵਜ਼ੀਰ ਖਾਨ ਕਿਸੇ ਦਾ ਕਹਿਣਾ ਨਹੀਂ ਸੀ ਮੰਨਦੇ।